जब लग जाने मुझते कछ होए तब इसको सुख नाही कोई तब इसको सुख नाही कोई जब एह जाने तब लग गरब जोन में फिरता तब लग गरब जोन में फिरता तब लग गरब जो जब लग जाने मुझते कछ होए। प्यारी साध संगत जी, असी सारे सुखमनी साहब पढ़ते हाँ। ਸਾਨੂੰ ਜ਼ਿਆਦਾਤਰ ਸੁਖਮਨੀ ਸਾਹਿਬ ਯਾਦ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਨੇ। ਇੰਡੀਆ ਵਿੱਚ ਔਰ ਬਾਹਰ ਕਿੱਥੇ ਵੀ ਦੇਖਣ ਨੂੰ ਮਿਲਦਾ, ਕੁਛ ਦਿਨ ਪਹਿਲਾਂ, ਕਮ ਅਜ਼ ਕਮ 30-40 ਦਿਨ ਜਾਂ 50 ਦਿਨ ਪਹਿਲਾਂ ਗੁਰਦੁਆਰਿਆਂ ਵਿੱਚ ਬੀਬੀਆਂ ਲਗਾਤਾਰ ਸੁਖਮਨੀ ਸਾਹਿਬ ਪੜ੍ਹਦੀਆਂ। ਮੁਬਾਰਕ ਹੈ ਕਿ ਅਸੀਂ ਬਾਣੀ ਪੜ੍ਹਨ ਦਾ ਸਮਾਂ ਕੱਟਦੇ ਹਾਂ, ਮੁਬਾਰਕ ਹੈ ਕਿ ਅਸੀਂ ਬਾਣੀ ਪੜ੍ਹਨ ਦਾ ਸਮਾਂ ਕੱਟਦੇ ਹਾਂ, ਪਰ ਮੁਬਾਰਕ ਨਹੀਂ ਹੈ ਕਿਉਂਕਿ ਸਮਝਣ ਦਾ ਸਮਾਂ ਨਹੀਂ ਕੱਟਦੇ ਹਾਂ। ਮੁਬਾਰਕ ਪੂਰੀ ਲੈ ਨਹੀਂ ਪਾਉਂਦੇ ਹਾਂ, ਗੁਰੂ ਪਾਤਸ਼ਾਹ ਜੀ ਦੀ ਖੁਸ਼ੀਆਂ ਲੈ ਨਹੀਂ ਪਾਉਂਦੇ ਹਾਂ, ਪੜ੍ਹ ਕੇ ਸਮਝਦੇ ਹਾਂ ਮੈਨੂੰ ਖੁਸ਼ੀਆਂ ਮਿਲ ਗਈਆਂ। ਬਚਪਨ ਤੋਂ ਚਾਰੋਂ ਪਾਸੇ ਪੇਰੈਂਟਸ ਜਾਂ ਨਾਨਕੇ ਜਾਂ ਖਾਸ ਤੌਰ 'ਤੇ ਮਦਰ ਦੇ ਨਾਲ ਇਸਤਰੀ ਸਤਸੰਗ ਤੋਂ ਨਾਲ ਦੇਖਦਿਆਂ ਚਾਰੋਂ ਪਾਸੇ ਦੇਖਣ ਨੂੰ ਮਿਲਿਆ ਕਿ ਇੱਕ ਖਿਆਲ ਹੈ ਆਪਣੀ ਮਨ ਕੀ ਮੱਤ ਦਾ। ਖਿਆਲ ਇਹ ਹੈ ਉਹ ਬਾਣੀ ਜਿਤਨਾ ਵੱਧ ਤੋਂ ਵੱਧ ਪੜ੍ਹੋ, ਇਹਦਾ ਮਹੱਤਵ ਹੁੰਦਾ। ਨਾਲੇ ਅਸੀਂ ਕਿਹੜਾ ਕਿਸੇ ਨੂੰ ਸੁਣਾਉਣੀ ਆ, ਅਸੀਂ ਤਾਂ ਗੁਰੂ ਸਾਹਿਬ ਨੂੰ ਹੀ ਸੁਣਾਉਣੀ ਆ।
ਅਸੀਂ ਤਾਂ ਬਾਣੀ ਗੁਰੂ ਸਾਹਿਬ ਨੂੰ ਸੁਣਾਉਣੀ ਹੈ। ਸਤ ਸੰਗਤ ਜੀ, ਹੁਣ ਗੁਰੂ ਸਾਹਿਬ ਨੂੰ ਕਹਿ ਰਿਹਾ ਬੜੇ ਬੜੇ ਹੰਕਾਰੀ ਆ, ਨਾਨਕ ਗਰਭ ਗੱਲੇ ਜੋ ਹੰਕਾਰ ਕਰਤੇ ਹੈ ਉਹ ਜਲ ਜਾਤੇ ਹੈ। ਗੁਰੂ ਜੀ ਸੁਣੋ, ਜਿਹੜੇ ਕ੍ਰੋਧ ਕਰਦੇ ਨੇ ਉਹਨਾਂ ਦੀ ਦੇਹ ਨੂੰ ਰੋਗ ਲੱਗ ਜਾਂਦਾ ਹੈ। ਗੁਰੂ ਸਾਹਿਬ ਨੂੰ ਕਹਿ ਰਿਹਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਰੂ ਸਾਹਿਬ ਗੁੱਸਾ ਮਤ ਕੀਆ ਕਰੋ, ਗੁਰੂ ਸਾਹਿਬ ਨੂੰ ਸੁਣਾ ਰਿਹਾ। ਗੁਰੂ ਸਾਹਿਬ ਨੂੰ ਆਸਾ ਕੀ ਵਾਰ ਸੁਣਾ ਰਿਹਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਕੀ ਅਸੀਂ ਇਹ ਗੁਰੂ ਸਾਹਿਬ ਨੂੰ ਕਹਿ ਰਹੇ ਹਾਂ? ਫਿਰ ਅਸੀਂ ਕੀ ਇਹ ਗੁਰੂ ਸਾਹਿਬ ਨੂੰ ਸੁਣਾ ਰਹੇ? ਅੱਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ ਪਾਤਸ਼ਾਹ ਤੁਹਾਨੂੰ ਨਾ ਖੁਸ਼ੀਆਂ ਪਾਤਸ਼ਾਹੀਆਂ ਮਿਲਣਗੀਆਂ। ਕਿਤਨਾ ਭਾਰੀ ਭੁਲੇਖਾ ਕਿ ਅਸੀਂ ਤਾਂ ਬਾਣੀ ਗੁਰੂ ਸਾਹਿਬ ਨੂੰ ਹੀ ਸੁਣਾਉਣੀ ਹੈ ਨਾ। ਜਦੋਂ ਕਦੇ ਵੀ ਰਾਗੀ ਸਿੰਘ ਜੀ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਸ਼ੁਰੂ ਕਰਦੇ ਨੇ, ਸੰਗਤਾਂ ਮੌਜੂਦ ਹੁੰਦੀਆਂ ਨਹੀਂ ਨੇ। ਜਿਨ੍ਹਾਂ ਨੇ ਨਿਤਨੇਮ ਕਰਕੇ ਚਲੇ ਜਾਣਾ ਉਹਨਾਂ ਨੂੰ ਆਸਾ ਕੀ ਵਾਰ ਨਾਲ ਕੁਛ ਨਹੀਂ ਲੈਣਾ, ਜਿਨ੍ਹਾਂ ਨੇ ਸੁਖਮਨੀ ਸਾਹਿਬ ਕਰਕੇ ਚਲੇ ਜਾਣਾ ਉਹਨਾਂ ਨੂੰ ਵੀ ਆਸਾ ਕੀ ਵਾਰ ਨਾਲ ਕੁਛ ਨਹੀਂ ਕਰਨਾ। ਰਾਗੀ ਸਿੰਘ ਜੀ 15-16-18 ਛੱਕੇ ਆਸਾ ਕੀ ਵਾਰ ਦੇ ਗਾ ਰਹੇ ਹੁੰਦੇ ਨੇ, ਪੂਰਾ ਹਾਲ ਖਾਲੀ ਹੁੰਦਾ। ਇਹ ਲੱਖਾਂ ਕਰੋੜਾਂ ਦਾ ਬਣਿਆ ਹੋਇਆ ਹਾਲ ਜਿਹਦੇ ਵਿੱਚ ਲੋਕਾਂ ਨੇ ਧੇਲਾ ਧੇਲਾ ਪਾ ਕੇ ਸੋਨਾ ਸੰਗਮਰਮਰ ਲਗਾ ਕੇ ਬਣਾਇਆ ਹੈ। ਇਹ ਹਾਲ ਖਾਲੀ ਰਹਿੰਦਾ, ਰਾਗੀ ਸਿੰਘ ਜੀ ਗਾਉਂਦੇ ਨੇ। ਜਦੋਂ ਰਾਗੀ ਸਿੰਘ ਜੀ ਪ੍ਰਬੰਧਕਾਂ ਨੂੰ ਕਹਿੰਦੇ ਨੇ, ਸੰਗਤਾਂ ਤਾਂ ਨਹੀਂ ਆਈਆਂ, ਪ੍ਰਬੰਧਕ ਵੀ ਇਹੀ ਕਹਿੰਦੇ ਨੇ, ਉਹ ਤੁਸੀਂ ਕਿਹੜਾ ਸੰਗਤਾਂ ਨੂੰ ਸੁਣਾਉਣਾ, ਅਸੀਂ ਤਾਂ ਗੁਰੂ ਸਾਹਿਬ ਨੂੰ ਹੀ ਸੁਣਾਉਣਾ। ਇਹ ਸਾਨੂੰ ਕਿੱਥੋਂ ਭੁਲੇਖਾ ਪੈ ਗਿਆ? ਭੁਲੇਖਾ ਇੱਥੋਂ ਪਿਆ, ਗੁਰੂ ਸਾਹਿਬ ਨੂੰ ਸੁਣਾ ਦਿਓ, ਗੁਰੂ ਪਾਤਸ਼ਾਹ ਮੇਰੇ 'ਤੇ ਬਖਸ਼ਿਸ਼ ਕਰਨਗੇ। ਸਾਧ ਜਿਤਨੀ ਬਾਣੀ ਹੈ ਮੈਨੂੰ ਸਮਝਾਉਣ ਵਾਸਤੇ ਹੈ, ਗੁਰੂ ਪਾਤਸ਼ਾਹ ਨੂੰ ਸੁਣਾਉਣ ਵਾਸਤੇ ਨਹੀਂ ਹੈ। ਉਲਟੇ ਬਾਂਸ ਬਰੇਲੀ ਕੋ ਨਹੀਂ ਹੈ। ਜੇ ਮੇਰੀ ਮਾਂ ਮੈਨੂੰ ਕਹੇ ਬੇਟਾ ਬਾਹਰ ਧੁੱਪ ਹੈ, ਇਹ ਜੇ ਧੁੱਪ 'ਤੇ ਫਰਸ਼ ਬੜਾ ਗਰਮ ਹੈ, ਇਹਦੇ 'ਤੇ ਨੰਗੇ ਪੈਰ ਨਹੀਂ ਜਾਈਦਾ, ਪੈਰ ਸੜ ਜਾਂਦੇ ਨੇ, ਹੁਣ ਕੀ ਮੈਂ ਆਪਣੀ ਮਾਂ ਨੂੰ ਸੁਣਾਉਣਾ ਸ਼ੁਰੂ ਕਰਦਾ, ਮੰਮੀ ਜੀ ਨੰਗੇ ਪੈਰ ਬਾਹਰ ਨਹੀਂ ਜਾਣਾ ਚਾਹੀਏ। ਬਿਲਕੁਲ ਪੁੱਠੀ ਗੱਲ ਅਸੀਂ ਸ਼ੁਰੂ ਕਰ ਦਿੱਤੀ, ਇਹ ਸਾਡੇ ਮਨ ਕੀ ਮਤ ਹੈ, ਕਿਉਂਕਿ ਸਾਨੂੰ ਕੋਈ ਭਰਮ ਭੁਲੇਖਾ ਪਾ ਗਿਆ ਹੈ, ਕਿਉਂਕਿ ਅਸੀਂ ਭਰਮ ਭੁਲੇਖਾ ਪਵਾਉਣਾ ਚਾਹੁੰਦੇ ਸੀ। ਜੋ ਲੁੱਟਣਾ ਚਾਹਤੇ ਹੈ ਉਨਕੋ ਲੁੱਟਣੇ ਵਾਲੇ ਬਹੁਤ ਹੈ, ਭਰਮ ਦੀਆਂ ਬਹੁਤ ਸਾਰੀਆਂ ਦੁਕਾਨਾਂ ਹੈ। ਇਤਨੇ ਲੱਖ ਪਾਠ ਕਰੋ, ਇਤਨੇ 108 ਵਾਰੀ ਕਰੋ, ਇਤਨੀ ਮਾਲਾ ਫੇਰੋ, ਇਤਨੇ ਕਰੋ। ਮੈਂ ਬਚਪਨ ਵਿੱਚ ਕਰਦਾ ਰਿਹਾ, 11-11, 21-21, ਸੁਖਮਨੀ ਸਾਹਿਬ। ਬਾਣੀ ਪੜ੍ਹਨੀ ਤਾਂ ਬਹੁਤ ਅੱਛੀ ਗੱਲ ਹੈ, ਪਰ ਗਿਣਤੀਆਂ ਮਿਣਤੀਆਂ ਵਿੱਚ ਪੜ੍ਹਨੀ ਮਨ ਕੀ ਮੱਤ ਹੈ। ਜਿਹੜੇ ਗਿਣਤੀਆਂ ਮਿਣਤੀਆਂ 'ਚ ਪੜ੍ਹਦੇ ਨੇ ਉਹਨਾਂ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਇਹ ਕੂੜਿਆਂ ਦੀ ਠੀਸ ਹੈ, ਕੂੜਿਆਂ ਦੇ ਮਨ ਦੀ ਗਿਣਤੀਆਂ ਦੇ ਟਕੋਸਲੇ ਨੇ, ਉਹ ਛੋਟੇ ਛੋਟੇ ਇਸ ਤਰ੍ਹਾਂ ਇੰਸਟਰੂਮੈਂਟਸ ਬਣ ਗਏ ਨੇ। ਜਿਤਨੀ ਵਾਰੀ ਭਗਵਾਨ ਕਾ ਨਾਮ ਲਓ, ਇਸਕੋ ਪ੍ਰੈਸ ਕਰ ਦਿਓ, ਯਹਾਂ ਪਰ ਨੰਬਰ ਆ ਜਾਏਗਾ। ਵਾਹ, ਮੈਨੇ ਇਤਨੀ ਵਾਰੀ ਭਗਵਾਨ ਜੀ ਕੋ ਨਾਮ ਲਿਆ। ਬਾਹਰਲੇ ਦੇਸ਼ ਵਿੱਚ ਸ਼ੁਰੂ 'ਚ ਆਡੀਓ ਕੈਸੇਟ ਹੁੰਦੀ ਸੀ, ਇੱਕ ਭਾਈ ਸਾਹਿਬ ਕਹਿੰਦੇ ਨੇ, ਮੈਂ ਇਹਦੇ ਸਾਰੇ ਇੱਕ ਪਾਸੇ ਬੜਾ ਸਾਰਾ ਰੱਬ ਦਾ ਨਾਂ ਲਿਆਇਆ, ਫਿਰ ਦੂਜੇ ਪਾਸੇ ਵੀ ਲਿਆਇਆ। ਮੈਂ ਆਪਣੀ ਦੁਕਾਨ 'ਤੇ ਔਰ ਘਰ ਔਰ ਨਹਾਉਣ ਧੋਣ ਤੋਂ ਲੈ ਕੇ 24 ਘੰਟੇ ਰੱਬ ਜੀ ਦਾ ਨਾਂ ਲੈਂਦਾ ਰਹਿੰਦਾ। ਮੈਂ ਕਿਹਾ ਕਿਸ ਤਰ੍ਹਾਂ,
ਕਹਿੰਦਾ ਕੈਸੇਟ ਦਾ ਇੱਕ ਪਾਸਾ 60 ਮਿੰਟ ਖਤਮ ਹੁੰਦਾ, ਫਿਰ ਦੂਜਾ ਪਾਸਾ ਲਾ ਦੇਈਦਾ। ਮੈਂ ਕਿਹਾ ਜੇ ਤੁਸੀਂ ਦੁਕਾਨ 'ਤੇ ਫੋਨ ਅਟੈਂਡ ਕਰਦੇ ਹੋ ਔਰ ਬਿਜ਼ਨਸ ਕਰਦੇ ਹੋ, ਫਿਰ ਉਸ ਵੇਲੇ ਕੀ ਹੁੰਦਾ? ਕਹਿੰਦਾ ਮੈਂ ਨੌਕਰ ਰੱਖਿਆ ਹੋਇਆ, ਉਹ ਟੇਪ ਦਾ ਸਾਈਡ ਬਦਲ ਦਿੰਦਾ। ਹੁਣ ਤਾਂ ਟੇਪ ਦੀ ਸਾਈਡ ਵੀ ਨਹੀਂ ਬਦਲਣੀ ਪਏਗੀ, ਹੁਣ ਤਾਂ ਬਸ 24 ਆਵਰਸ ਚੱਲ ਸਕਦਾ, ਸੀਡੀਜ਼ ਆ ਗਈਆਂ ਨੇ। ਇੰਝ ਗਿਣਤੀਆਂ ਮਿਣਤੀਆਂ ਕਰਦੇ ਹਾਂ, ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਦੂ ਜੀਭੋਂ ਲੱਖ ਹੋਏ, ਤੇਰੀਆਂ ਇੱਕ ਤੋਂ ਦੋ ਜੀਭਾਂ ਹੋ ਜਾਣ, ਦੋ ਤੋਂ ਲੱਖਾਂ ਹੋ ਜਾਣ, ਲੱਖ ਹੋਵੇ ਲੱਖ ਵੀਹ ਲੱਖ ਜੀਭਾਂ ਹੋ ਜਾਣ, ਲੱਖ ਲੱਖ ਗੇੜਾ ਆਖੀਆਂ। ਜੇ 20 ਲੱਖ ਜੀਭਾਂ ਨਾਲ ਵੀ ਤੂੰ ਲੱਖ ਲੱਖ ਵਾਰੀ ਰੱਬ ਜੀ ਦਾ ਨਾਂ ਲਵੇਂ, ਲੱਖ ਲੱਖ ਗੇੜਾ ਆਖੀਆਂ, ਕਹਿ ਨਹੀਂ ਰਹੇ ਨੇ ਵੀ ਲੈ ਇੰਜ ਕਹਿ ਰਹੇ ਨੇ, ਜੇ ਤੂੰ ਇਸ ਤਰ੍ਹਾਂ ਲੱਖਾਂ ਵਾਰੀ ਵੀ ਲਵੇਂ, ਲੱਖ ਲੱਖ ਗੇੜਾ ਆਖੀਆਂ, ਏਕ ਨਾਮ ਜਗਦੀਸ਼, ਏਤ ਰਾਪਤ ਪਵੜੀਆਂ ਚੜੀਆ ਹੋਈ ਕੀਸ਼, ਸੁਣ ਗੱਲਾਂ ਆਕਾਸ਼ ਕੀ। ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਜਿਵੇਂ ਰੀਸ ਆ ਜਾਏ ਵੀ ਅਸੀਂ ਵੀ ਅਸ਼ਮਾਨੇ ਚੜ ਜਾਵਾਂਗੇ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਇਹ ਰੀਸ। ਹੁਣ ਗੁਰੂ ਪਾਤਸ਼ਾਹ ਇਹ ਸਾਰੀ ਗੱਲ ਕਰਕੇ ਮੇਰੇ ਮਨ ਉੱਤੇ ਟਕੋਰ ਮਾਰ ਕੇ ਮੈਨੂੰ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਨਾਨਕ ਨਦਰੀ ਪਾਈ ਹੈ, ਉਹਦੀ ਨਦਰ, ਉਹਦੀ ਸੁਮਤ, ਉਹਦੀ ਗ੍ਰੇਸ, ਉਹਦੀ ਕਿਰਪਾ, ਉਹਦੀ ਬਖਸ਼ਿਸ਼ ਦਾ ਸੁਣਿਆ ਲਈਏ ਨਾ ਤਾਂ ਗੱਲ ਬਣਦੀ ਹੈ, ਗਿਣਤੀਆਂ ਨਾਲ ਨਹੀਂ ਬਣਦੀ ਹੈ। ਪੈਸੇ ਕਮਾਉਣ ਵਾਲਾ ਗਿਣਤੀਆਂ ਗਿਣਦਾ, ਇੰਨੇ ਲੱਖ ਹੋ ਗਏ। ਜਿਹੜਾ ਪੈਸੇ ਦਾ ਘਾਟਾ ਖਾ ਜਾਏ ਉਹ ਕਹਿੰਦਾ ਇੰਨੇ ਲੱਖ ਦਾ ਘਾਟਾ ਖਾਇਆ, ਇੰਨੇ ਲੱਖ ਮੇਰੇ ਕੋਲ ਸੀ ਔਰ ਇੰਨੇ ਲੱਖਾਂ ਦਾ ਘਾਟਾ ਖਾਇਆ, ਗਿਣਤੀ। ਫਿਰ ਜਿਹੜੇ ਤਿਆਗੀ ਹੋ ਜਾਂਦੇ ਨੇ ਉਹਨਾਂ ਦੀ ਗਿਣਤੀ, ਮੈਂ ਇਤਨੇ ਲੱਖ ਕੋ ਛੋੜ ਕਰ ਆਇਆ, ਮੈਂ ਇਤਨੇ ਲੱਖਾਂ ਨੂੰ ਲੱਤ ਮਾਰੀ ਪਰ ਉਹ ਲੱਤ ਨਾਲ ਚਿਪਕ ਕੇ ਲੱਖ ਨਾਲ ਆ ਗਏ, ਛੁੱਟਦੇ ਹੀ ਨਹੀਂ ਜਿੱਥੇ ਜਾਂਦਾ। ਕਹਿੰਦਾ ਮੈਂ ਇਤਨੇ ਲੱਖਾਂ ਛੋੜ ਕੇ ਆਇਆ। ਫਿਰ ਗਿਣਤੀ, ਉੱਤੋਂ ਸਟਾਕ ਮਾਰਕੀਟ ਤੋਂ ਲੈ ਕੇ ਸਾਰੀ ਦੁਨੀਆ ਜਦੋਂ ਕੰਟਰੀ ਦੀ ਫਾਈਨੈਂਸ਼ੀਅਲ ਸਟੇਟਮੈਂਟ ਦੇਖਦੀ ਆ ਉੱਥੇ ਵੀ ਗਿਣਤੀ। ਅਤੇ ਜਿਹੜੇ ਸਭ ਕੁਝ ਛੋੜ ਕੇ ਜੰਗਲ ਹੀ ਚਲੇ ਜਾਂਦੇ ਨੇ, ਤਿਆਗੀ ਹੋ ਜਾਂਦੇ ਨੇ, ਉਹਨਾਂ ਦੀ ਗਿਣਤੀ, ਮੇਰੇ ਇਤਨੇ ਚੇਲੇ ਹੈ, ਨੰਬਰ ਆਫ ਚੇਲਾ। ਫਿਰ ਗਿਣਤੀ, ਅਤੇ ਰੱਬ ਜੀ ਦੇ ਨਾਂ ਦੀ ਵੀ ਗਿਣਤੀ, ਅਤੇ ਆਪਣੇ ਨਾਂ ਅੱਗੇ ਵੀ ਗਿਣਤੀ। ਸ਼੍ਰੀਮਾਨ 108, ਸ਼੍ਰੀਮਾਨ 1008, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਕਿ 108 ਵਾਰੀ ਪੜ੍ਹੋ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਗਿਣਤੀਆਂ ਨਹੀਂ ਦੱਸੀਆਂ। ਅਸੀਂ 5-5, 11-11, 101 ਅਖੰਡ ਪਾਠ ਰੱਖਣੇ ਸ਼ੁਰੂ ਕਰ ਦਿੱਤੇ। ਤੁਸੀਂ ਕਦੇ ਚੌਂਕ 'ਤੇ ਖੜ੍ਹੇ ਹੋਵੋ ਔਰ ਕਿਸੇ ਨੂੰ ਪੁੱਛੋ ਕਿ ਲਖਨਊ ਦਾ ਰਸਤਾ ਕਿਹੜਾ ਹੈ, ਅਤੇ ਤੁਹਾਨੂੰ 101 ਬੰਦਾ ਬੋਲ ਕੇ ਸ਼ੁਰੂ ਕਰੇਗਾ ਨਾ, ਤੁਹਾਨੂੰ ਕੁਝ ਸਮਝ ਨਹੀਂ ਆਏਗੀ। ਤੁਸੀਂ ਕਹੋਗੇ ਤੁਸੀਂ ਸਾਰੇ ਕੀ ਬੋਲ ਰਹੇ, ਮੈਨੂੰ ਸਮਝ ਨਹੀਂ ਆ ਰਹੀ। ਸਾਰੇ ਰਲ ਕੇ ਕਹਿਣ ਇਹ ਕੀ ਤੋਂ ਬਾਤ ਬਤਾ ਰਿਹਾ, ਤੁਮਨੇ ਲਖਨਊ ਪੁੱਛਿਆ, ਤਾਂ ਕਹੇਗਾ ਫਿਰ ਇਹ ਕੀ ਬੋਲ ਦਿਓ ਨਾ, ਇਤਨੇ ਸਾਰੇ ਇਕੱਠੇ ਕਿਉਂ ਬੋਲ ਰਹੇ ਹੋ, ਮੇਰੇ ਕੋਲ ਤਾਂ ਰਸਤਾ ਪੁੱਛਣਾ ਹੈ ਨਾ। ਫਿਰ ਉਹ ਇਕੱਠੇ ਵੀ ਨਹੀਂ ਬੋਲ ਰਹੇ ਹੁੰਦੇ, ਇੱਕ ਦਾ ਪੰਨਾ ਨੰਬਰ ਕੋਈ ਹੋਰ ਹੈ, ਦੂਜੇ ਦਾ ਪੰਨਾ ਨੰਬਰ ਕੋਈ ਹੋਰ ਹੈ। ਉਹ ਨਾਲ ਵਾਲਾ ਇੱਕ ਬੰਦਾ ਆਇਆ ਜਿਹੜਾ ਵਿਚੋਲਾ ਹੈ, ਜਿਹੜਾ ਠੇਕੇਦਾਰ ਹੈ ਪੂਰੀ ਗੇਮ ਦਾ, ਉਹ ਐਂ ਦੇਖਦਾ ਇਹਦਾ ਇਹਦੇ ਨਾਲ ਨਹੀਂ ਮਿਲਿਆ, ਇਹਦੇ ਨਾਲ, ਤੁਸੀਂ ਜਰਾ ਜਲਦੀ ਜਲਦੀ ਕਰੋ, ਤੁਸੀਂ ਆਸਤਾ ਆਸਤਾ ਕਰੋ, ਕਿਹੜੀ ਖੇਡ 'ਚ ਪੈ ਗਏ ਹਾਂ, ਕਿਹੜੀ ਮਨ ਕੀ ਮੱਤ 'ਚ ਪੈ ਗਏ ਹਾਂ। ਗਿਣਤੀਆਂ ਕਰ ਕਰਕੇ ਲਗਾਤਾਰ ਪੜ੍ਹ ਪੜ੍ਹ ਕੇ ਗਾ ਗਾ ਕੇ ਆਪਣਾ ਜੀਵਨ ਖੁਆਰ ਕਰ ਰਿਹਾ, ਆਪਣਾ ਕੀਮਤੀ ਸਮਾਂ ਜ਼ਾਇਆ ਕਰ ਰਿਹਾ। ਹੰਕਾਰ ਮੇਰਾ ਗਿਣਤੀਆਂ 'ਚ ਹੀ ਬਣ ਗਿਆ। ਤੀਜਾ
ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ। ਗੁਮਾਨ ਕਰਦਾ ਮੈਂ ਹਰ ਸਾਲ ਤੀਰਥ 'ਤੇ ਜਾਂਦਾ ਵਾਂ, ਮੈਂ ਹਰ ਮਹੀਨੇ ਜਾਂਦਾ ਵਾਂ। ਇਹ ਦੇਖੋ ਪੂਰੀ ਬੋਗੀ ਬੁੱਕ ਕਰਾ ਕੇ ਜਾਂਦੇ ਨੇ, ਇੰਝ ਹੀ ਗੱਲਾਂ ਚਲਦੀਆਂ ਨਾ। ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ। ਅਸੀਂ ਦਾਨ ਕਰਾਂਗੇ, ਇੰਨੇ ਦਿੱਤੇ ਔਰ ਇੱਕ ਜਗ੍ਹਾ 11 ਗਲੀਚੇ ਦਿੱਤੇ ਸੀ, ਮੇਰੇ ਸਾਹਮਣੇ ਦੀ ਗੱਲ ਹੈ। ਭਾਈ ਸਾਹਿਬ ਨੇ ਨੋਟ ਕੀਤਾ ਫਲਾਣਾ ਸਿੰਘ ਜੀ ਵੱਲੋਂ 11 ਗਲੀਚੇ, ਇਹ ਲਿਖ ਕੇ ਭਾਈ ਸਾਹਿਬ ਨੇ ਅਰਦਾਸ ਵਿੱਚ ਪੜ੍ਹਨਾ ਸੀ। ਕਈ ਕਈ ਡਿਮਾਂਡਾਂ ਆਈਆਂ ਹੁੰਦੀਆਂ, ਲਿਸਟ ਲੰਬੀ ਹੁੰਦੀ ਹੈ, ਸੋ ਭਾਈ ਸਾਹਿਬ ਜੀ ਨੂੰ ਅਚਾਨਕ ਅਰਦਾਸ ਵੇਲੇ ਜਾਣਾ ਪੈ ਗਿਆ। ਲਿਸਟ ਉਹਨਾਂ ਦੇ ਬੋਝੇ ਚਲੀ ਗਈ, ਕਿਸੇ ਹੋਰ ਸੱਜਣ ਨੇ ਅਰਦਾਸ ਕੀਤੀ, ਉਸਨੇ 11 ਗਲੀਚਿਆਂ ਦੀ ਅਰਦਾਸ ਨਹੀਂ ਕੀਤੀ। ਜਿਸਨੇ 11 ਗਲੀਚੇ ਦਿੱਤੇ ਸੀ ਉਹ ਕਹਿੰਦਾ ਮੇਰੇ ਗਲੀਚੇ ਵਾਪਸ ਕਰੋ। ਮਨ ਮੈਂ ਧਰੈ ਗੁਮਾਨ। ਅਸੀਂ ਗੁਰਦੁਆਰੇ ਆਉਂਦੇ ਹਾਂ ਸਤਿਗੁਰ ਦੀ ਮੱਤ ਲੈਣ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਮਨਾ ਰਹੇ ਹਾਂ, ਤਾਂ ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦੀ ਲੱਸੀ ਅਤੇ ਰੂਹ ਅਫਜ਼ੇ ਔਰ ਬਦਾਮ ਨਾਲ ਰਗੜੀ ਹੋਈ ਸ਼ਰਦਾਈ 'ਚ ਨਹੀਂ ਹੈ। ਇਹ ਨਾ ਤਾਂ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਲਿਖਿਆ ਹੋਇਆ, ਨਾ ਪਤਾ ਨਹੀਂ ਇਹਦਾ ਪਿਛੋਕੜ ਹੈ ਕਿੱਥੋਂ ਇਹ ਲੱਸੀ ਆਈ ਕਿੱਥੋਂ ਗੁਰਦੁਆਰਿਆਂ ਵਿੱਚ। ਅਸੀਂ ਇਤਨਾ ਸਮਾਂ ਲਗਾ ਦਿਆਂਗੇ ਦੁੱਧ ਲਿਆਉਣ 'ਚ ਔਰ ਰੂਹ ਅਫਜ਼ਾ ਲਿਆਉਣ 'ਚ, ਉਹ ਵੀ ਰੂਹ ਅਫਜ਼ਾ ਥੋੜ੍ਹੇ ਦਿਨ ਪਹਿਲਾਂ ਮਹਿੰਗਾ ਕਰ ਦਿੱਤਾ ਜਾਏਗਾ ਕਿਉਂਕਿ ਹਮ ਖਰੀਦਦੇ ਹਾਂ ਅੱਜ ਕੇ ਦਿਨ, ਚੀਨੀ ਵੀ ਮਹਿੰਗੀ ਹੋ ਜਾਏਗੀ। ਦੁੱਧ, ਚੀਨੀ ਔਰ ਰੂਹ ਅਫਜ਼ਾ ਔਰ ਬਣਾਉਣ 'ਚ ਇਤਨਾ ਟਾਈਮ ਲਗਾਵਾਂਗੇ, ਔਰ ਜਿਸ ਦਾ ਪੇਟ ਖਰਾਬ ਹੈ ਉਹਨੂੰ ਵੀ ਜ਼ਰੂਰ ਪਿਲਾਵਾਂਗੇ ਕਿਉਂਕਿ ਅੱਜ ਅਸੀਂ ਸ਼ੀਤਲਤਾ ਦੇਣੀ ਹੈ। ਬਾਕੀ ਪੂਰਾ ਸਾਲ ਨਹੀਂ ਅਸੀਂ ਪੁੱਛਣਾ, ਸਿਰਫ ਅੱਜ ਹੀ ਪਿਲਾਉਣਾ, ਭਾਵੇਂ ਪਿੱਛੇ 6 ਜਗ੍ਹਾ ਤੋਂ ਤੁਸੀਂ ਪੀ ਆਇਓ, ਭਾਵੇਂ ਤੁਹਾਨੂੰ ਡਾਇਰੀਆ ਹੋ ਜਾਏ, ਲੇਕਿਨ ਅਸੀਂ ਜ਼ਰੂਰ ਪਿਲਾਵਾਂਗੇ। ਸਤਸੰਗਤ, ਇਸ ਵਿੱਚ ਅਸੀਂ ਆਪਣੀ ਬਹੁਤ ਐਨਰਜੀ ਲਗਾਉਂਦੇ ਹਾਂ, ਬਾਣੀ ਨਹੀਂ ਖੋਜਦੇ ਹਾਂ। ਹਿਰਦੇ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ, ਬਾਣੀ ਵਿਚਾਰਨੀ ਆ। ਜਦੋਂ ਬਾਣੀ ਵਿਚਾਰਾਂਗੇ ਤਾਂ ਅੱਜ ਦੇ ਟੋਪਿਕ ਵਿੱਚ ਸਾਡਾ ਸੁਖਮਨੀ ਸਾਹਿਬ ਦਾ ਟੋਪਿਕ ਵਿੱਚੋਂ ਇਹ ਸ਼ਬਦ ਆਇਆ। ਥੋੜ੍ਹੀ ਜਿਹੀ ਸੁਖਮਨੀ ਸਾਹਿਬ ਦੀ ਬਣਤਰ ਸਮਝੀਏ। ਅਮਰੀਕਾ ਤੱਕ ਮੈਂ ਜਿੱਥੇ ਜਿੱਥੇ ਦੇਖਿਆ ਬੀਬੀਆਂ ਸੁਖਮਨੀ ਸਾਹਿਬ ਦੀ ਕਿੱਟੀ ਕਰਦੀਆਂ ਨੇ, ਸੁਖਮਨੀ ਕਿੱਟੀ। ਇੱਕ ਮੈਂ ਸੁਣਿਆ ਸੀ ਕਪਲ ਕਿੱਟੀ, ਇੱਕ ਮੈਂ ਸੁਣਿਆ ਸੀ ਬਿਜ਼ਨਸਮੈਨ ਵਾਲਿਆਂ ਦੀ ਕਿੱਟੀ, ਇੱਕ ਸਿਰਫ ਮੇਲ ਕਿੱਟੀ, ਇੱਕ ਸਿਰਫ ਬ੍ਰੈਂਡ ਨੇ ਮਰਸਡੀਜ਼ ਕਾਰ ਵਾਲਿਆਂ ਦੀ ਵੱਖਰੀ ਕਿੱਟੀ। ਕਿੱਟੀ ਕਿੱਟੀ ਲੋਕਾਂ ਦੀ ਬੜੇ ਕਿਸਮਾਂ ਦੀ, ਪਰ ਮੈਂ ਸੁਖਮਨੀ ਕਿੱਟੀ ਸੁਣ ਕੇ ਹੈਰਾਨ ਰਹਿ ਗਿਆ। ਲੇਕਿਨ ਸੁਖਮਨੀ ਕਿੱਟੀ ਵਿੱਚ ਵੀ 24 ਅਸ਼ਟਪਦੀਆਂ ਇੱਕਦਮ ਸੇ ਪੜ੍ਹੇਂਗੇ, ਰੁਕ ਕੇ ਏਕ ਵੀ ਆਰਾਮ ਸੇ ਸਮਝੇਂਗੇ ਨਹੀਂ। ਜਿਸ ਜਿਸ ਜਗ੍ਹਾ ਬੀਬੀਆਂ ਦੀ ਸੁਖਮਨੀ ਕਿੱਟੀ ਵਿੱਚ ਚਾਂਸ ਮਿਲਿਆ ਜਾਣ ਦਾ, ਉਹਨਾਂ ਨੇ ਬੇਨਤੀ ਕੀਤੀ ਤੁਸੀਂ ਇੱਕ ਅਸ਼ਟਪਦੀ ਪੜ੍ਹ ਕੇ ਸਮਝਣ ਦਾ ਯਤਨ ਕਰੋ, 24 ਮਹੀਨਿਆਂ ਵਿੱਚ ਤੁਹਾਡੀਆਂ 24 ਅਸ਼ਟਪਦੀਆਂ ਹੋ ਜਾਣਗੀਆਂ। ਪਰ ਇਤਨੀ ਪੇਸ਼ੈਂਸ ਨਹੀਂ ਹੈ, 24 ਮਹੀਨੇ ਦਾ ਕੰਮ ਅਸੀਂ ਗਿਣਤੀਆਂ ਮਿਣਤੀਆਂ 'ਚ ਕੂੜੇ ਕੀ ਠੀਸ 'ਚ ਇੱਕ ਘੰਟੇ ਅੰਦਰ ਕਰ ਲੈਂਦੇ ਹਾਂ, ਅਤੇ ਮੈਂ ਕਿਹੜਾ ਸੁਣਨ ਆਈ ਹਾਂ? ਮੈਂ ਤਾਂ ਆਪਣਾ ਨਵਾਂ ਜ਼ਰਦੋਜ਼ੀ ਦਾ ਸੂਟ ਦਿਖਾਉਣ ਆਈ ਹਾਂ, ਮੈਂ ਤਾਂ ਸਿਰਫ ਆਈ ਆਪਣੇ ਇਸ ਦਿਖਾਵੇ ਵਾਸਤੇ ਹਾਂ। ਸਾਧ ਸੰਗਤ, ਬਹੁਤ ਭਾਰੀ ਐਕਸਪਲੋਇਟੇਸ਼ਨ ਦੀ ਗੇਮ ਵਿੱਚ ਅਸੀਂ ਆਪਣੇ ਆਪ ਨੂੰ ਪਾ ਲਿਆ, ਸਾਨੂੰ ਕਿਸੇ ਨੇ ਨਹੀਂ ਪਾਇਆ, ਹਮਾਰਾ ਕੋਈ ਦੁਸ਼ਮਣ ਨਹੀਂ ਹੈ, ਮੇਰਾ ਮੈਂ ਦੁਸ਼ਮਣ ਹਾਂ, ਕਿਉਂਕਿ ਮੈਂ ਸਿੱਧੇ ਰਾਹ ਪੈਣਾ ਨਹੀਂ ਚਾਹੁੰਦਾ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੁਤ ਕਦ ਵਈ ਹੈ ਰੇ, ਕਿਉਂ ਸਿੱਧਾ ਨਹੀਂ ਟੁੱਟਦਾ ਹੈ, ਕਿਉਂ ਆਪਣੇ ਜੀਵਨ ਨੂੰ ਇਸ ਤਰ੍ਹਾਂ ਖੁਆਰ ਕਰ ਰਿਹਾ। ਜਦੋਂ ਖੁਆਰ ਕਰਾਂਗੇ
ਤਾਂ ਨੂੰਹ ਦਾ ਸੱਸ ਨਾਲ ਝਗੜਾ ਰਹੇਗਾ। ਹਰ ਨੂੰਹ ਆਪਣੀ ਸੱਸ ਨੂੰ ਦਬਾਉਣਾ ਚਾਹੇਗੀ ਅਤੇ ਹਰ ਸੱਸ ਵੀ ਆਪਣੀ ਨੂੰਹ ਨੂੰ ਦਬਾਏਗੀ, ਨੂੰਹ ਸੱਸ ਨੂੰ ਦਬਾਏਗੀ, ਪਤੀ ਪਤਨੀ ਨੂੰ ਦਬਾਏਗਾ, ਪਤਨੀਆਂ ਪਤੀ ਨੂੰ ਦਬਾਉਣਗੀਆਂ। ਉਹ ਵਿਆਹ ਤੋਂ ਪਹਿਲਾਂ ਪੁੱਛ ਲੈਂਦੀਆਂ ਨੇ ਟਿਪਸ, ਪਤੀ ਕੋ ਕੈਸੇ ਕਾਬੂ ਰੱਖਣਾ ਹੈ। ਬੰਦੇ ਆਪਸ ਵਿੱਚ ਗੱਲਾਂ ਕਰ ਦਿੰਦੇ ਨੇ, ਵੋਟੀ ਨੂੰ ਪਹਿਲਾਂ ਹੀ ਆਉਣ ਸਰ ਕਿਵੇਂ ਦਬਾ ਦੇਈਦਾ ਤਾਂ ਕਿ ਸਾਰੀ ਉਮਰ ਉਹ ਸਿਰ ਚੁੱਕ ਹੀ ਨਾ ਸਕੇ। ਪਹਿਲਾਂ ਹੀ ਉਹਦੇ ਪੇਕਿਆਂ ਨਾਲ ਤੋੜ ਕੇ ਰੱਖੋ, ਰੁੱਸ ਕੇ ਰਵੋ, ਜਵਾਈ ਜਵਾਈ ਬਣ ਕੇ ਜਾਓ ਤਾਂ ਕਿ ਡਰੇ ਰਹਿਣ, ਅਤੇ ਫਿਰ ਕਹਿ ਦਿਓ ਮੈਂ ਨਹੀਂ ਜਾਵਾਂਗਾ, ਡਰੇ ਰਹਿਣ। ਫਿਰ ਜੇ ਮੈਂ ਜਾਵਾਂ ਤਾਂ ਚਿਕਨ ਬਣਿਆ ਹੋਣਾ ਚਾਹੀਦਾ, ਮੂੰਗੀ ਦੀ ਦਾਲ ਨਾ ਖਵਾਉਣ, ਮੈਂ ਜਵਾਈ ਹਾਂ, ਡਰੇ ਰਹਿਣ ਇਸ ਤਰ੍ਹਾਂ। ਅਤੇ ਪਤਨੀ ਵੀ ਇਸ ਤਰ੍ਹਾਂ ਕਿਸੇ ਜਗ੍ਹਾ ਸਤਾ ਰਹੀ ਹੈ, ਡਰਾ ਰਹੀ ਹੈ। ਸਾਸੰਗਤ ਇਹ ਵਾਲੇ ਫੈਮਿਲੀ ਪ੍ਰੋਬਲਮਸ ਨੂੰ ਅਸੀਂ ਸ਼ਬਦ ਦੇ ਨਾਲ ਟੁਕਾ ਕੇ ਸਮਝਣ ਦਾ ਯਤਨ ਕਰਦੇ ਹਾਂ ਕਿ ਇੰਡੀਵਿਜੁਅਲ ਦੀ ਈਗੋ ਹੋਮੇ ਹੰਕਾਰ ਹੈ। ਹੋਮੇ ਕਿੱਥੋਂ ਉਪਜੇ, ਕਿਸ ਸੰਜਮ ਜਾਏ, ਕਿੱਥੋਂ ਹੋਮੇ ਮੇਰੀ ਪੈਦਾ ਹੋਈ ਜੇ ਇਹਦੀ ਵਿਚਾਰ ਹੀ ਨਹੀਂ ਕਰਾਂਗੇ। ਆਪਕੋ ਇਹ ਬਿਮਾਰੀ ਕਬ ਸੇ ਹੋਈ ਡਾਕਟਰ ਸਾਹਿਬ, ਮੇਰੇ ਕੋ ਇਹ ਬਿਮਾਰੀ ਕਬ ਸੇ ਹੋਈ ਪਹਿਲੇ ਯੇ ਤੋ ਬਤਾਓ, ਮੇਰਾ ਡਾਇਗਨੋਸ ਕਰੋ, ਕਹਾਂ ਸੇ ਸ਼ੁਰੂ ਹੋਈ, ਮੁੜ ਕੇ ਮੈਂ ਐਸਾ ਕੰਮ ਨਾ ਕਰਾਂ, ਐਸਾ ਕੰਮ ਮੂਲੇ ਨਾ ਕੀਚੇ, ਜਿੰਨੀ ਕੰਮੀ ਨਾ ਹੀ ਗੁਣ ਅਤੇ ਕਮੜੇ ਵਿਸਾਰ ਮੈਂ ਕਰ ਤਾਂ ਸਕਾਂ ਨਾ, ਮੈਨੂੰ ਐਸੀ ਸੁਮਤ ਬਖਸ਼ੋ ਅੱਗੋਂ ਤੇ ਜੇ ਚੇਤੀ ਅਕਾਇਤ ਮਿਲੇ ਸਜ਼ਾਏ, ਮੈਨੂੰ ਮੇਰੇ ਸੋਰਸ 'ਤੇ ਦੱਸ ਦਿਓ ਕਦੋਂ ਇਹ ਬਿਮਾਰੀ ਸ਼ੁਰੂ ਹੋਈ ਅਤੇ ਫਿਰ ਮੇਰੇ ਸਿਮਟਮਸ ਉਹਦੇ ਨਾਲ ਕੀ ਨੁਕਸਾਨ ਹੋਇਆ ਅਤੇ ਫਿਰ ਹੁਣ ਮੈਨੂੰ ਦਵਾਈ ਦਿਓ ਤਾਂ ਕਿ ਮੈਂ ਮੁੜ ਕੇ ਨਾ ਬਿਮਾਰ ਹੋਵਾਂ। ਇਹ ਤਾਂ ਤਰੀਕਾ ਹੈ। ਅਸੀਂ ਇਹ ਵਿਚਾਰ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਪੜ੍ਹ ਕੇ ਸਮਝਣ ਦਾ ਯਤਨ ਕਰਦੇ ਹਾਂ, ਹੋਮੇ ਕਿੱਥੋਂ ਉਪਜੈ, ਕਿੱਥੋਂ ਪੈਦਾ ਹੋਈ, ਕਿਸ ਸੰਜਮ ਇਹ ਜਾਏ, ਕਿਹੜੇ ਤਰੀਕੇ ਨਾਲ ਜਾਏਗੀ। ਸਿਰਫ ਇਹ ਗੁਰਦੁਆਰੇ ਆਸਾ ਕੀ ਵਾਰ ਸੁਣ ਕੇ ਚਲੇ ਜਾਣ ਵਾਸਤੇ ਸੀ, ਜਾਂ ਇਹ ਸਿਰਫ ਸੁਖਮਨੀ ਸਾਹਿਬ ਕਰਕੇ ਮਕਾਨ ਲੈਣ ਵਾਸਤੇ ਸੀ, ਜਾਂ ਬਿਜ਼ਨਸ ਔਰ ਨੌਕਰੀਆਂ ਲੈਣ ਵਾਸਤੇ ਸੀ। ਸਤਸੰਗਤ ਅਸੀਂ ਇਹ ਖੇਡਾਂ ਖੇਡ ਰਹੇ ਹਾਂ। ਬਾਣੀ 'ਚ ਪੜ੍ਹਦਿਆਂ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਰਤਨ ਜਵਾਹਰ ਮਾਣਿਕ ਵਰਗੀ ਮਤ ਆ ਜਾਂਦੀ ਹੈ, ਪਰ ਮੈਨੂੰ ਕੋਈ ਰਤਨ ਜਵਾਹਰ ਮਿਲਣ ਸੱਚੇ ਸੁੱਚੇ ਪਿਓਰ, ਔਰ ਮੈਂ ਉਹਨਾਂ ਦੇ ਨਾਲ ਗੋਭੀ ਆਲੂ ਖਰੀਦਣ ਟੁਰ ਜਾਵਾਂ, ਮੈਨੂੰ ਕੌਣ ਸਿਆਣਾ ਕਹੇਗਾ। ਇਹ ਗੋਭੀ ਆਲੂ ਹੀ ਹੈ, ਮੇਰਾ ਪੁੱਤਰ ਲੈ ਦਿਓ, ਮਕਾਨ ਲੈ ਦਿਓ, ਧੀ ਦਾ ਰਿਸ਼ਤਾ ਕਰਾ ਦਿਓ, ਸੀਮੈਂਟ ਲੈ ਦਿਓ, ਲੋਨ ਲੈ ਦਿਓ, ਪ੍ਰਮੋਸ਼ਨ ਲੈ ਦਿਓ, ਬੋਨਸ ਲੈ ਦਿਓ। ਇਹ ਗੋਭੀ ਆਲੂ ਨੇ, ਰਤਨ ਜਵਾਹਰ ਮਾਣਿਕ ਮਿਲ ਜਾਣ ਤੂੰ ਸੁਖੀ ਹੋ ਜਾਏਗਾ, ਨਹੀਂ ਆ ਸੁਖੀ ਤਾਂ ਧਾਰਮਿਕ ਦੁਨੀਆ ਵਿੱਚ ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ ਤੇਰੀ ਹੰਕਾਰ ਰਹੇਗਾ। ਸਤਸੰਗਤ ਮੈਂ ਪਹਿਲਾਂ ਅਨਾਊਂਸਮੈਂਟ ਕੀਤੀ ਹੈ ਕਿ ਰਾਤ ਦੇ ਪ੍ਰਬੰਧਕ ਸੱਜਣ ਨੇ ਇਸ ਗੁਰਦੁਆਰੇ ਦੀ ਅਨਾਊਂਸਮੈਂਟ ਕੀਤੀ, ਮੈਂ ਸੁਣ ਕੇ ਹੈਰਾਨ ਹੀ ਰਹਿ ਗਿਆ। ਪਹਿਲਾਂ ਤਾਂ ਮੈਂ ਕੰਮ ਵੀ ਗਿਆ ਹੈ, ਗੁਰਦੁਆਰੇ ਕੇ ਅੰਦਰ ਅਨਾਊਂਸਮੈਂਟ ਹੋ ਰਹੀ ਹੈ, ਦੂਸਰੇ ਗੁਰਦੁਆਰੇ ਕੀ, ਉਹ ਆਮ ਤਾਂ ਗੱਲਾਂ ਕੀਤੀਆਂ ਜਾਂਦੀਆਂ, ਸਾਡਾ ਵਧੀਆ ਉਹਨਾਂ ਦਾ ਘਟੀਆ, ਪਾਪੇ ਦਾ ਗੁਰਦੁਆਰਾ ਹੈ, ਉਹ ਜੱਟਾਂ ਦਾ ਗੁਰਦੁਆਰਾ ਹੈ, ਉਹ ਰਾਮਗੜੀਆਂ ਦਾ ਗੁਰਦੁਆਰਾ ਹੈ, ਉਹ ਰਵਦਾਸੀਆਂ ਦਾ ਗੁਰਦੁਆਰਾ ਹੈ, ਇਹ ਸਭ ਮਨ ਮੈਂ ਧਰੇ ਗੁਮਾਨ ਹੈ। ਫਿਰ ਇੱਥੇ ਪਾਲਕੀ ਨਹੀਂ ਹੈ, ਦਿੱਲੀ ਅੰਦਰ ਹੀ ਗੁਰਦੁਆਰੇ ਵਾਲੇ ਕਹਿੰਦੇ ਨੇ ਸਾਡੀ ਸੰਗਮਰਮਰ ਦੀ ਪਾਲਕੀ ਹੈ, ਉਹਨਾਂ ਦੀ ਲੱਕੜ ਦੀ ਪਾਲਕੀ ਹੈ। ਜਦੋਂ ਲੱਕੜ ਵਾਲਿਆਂ ਨੇ ਸੰਗਮਰਮਰ ਦੀ ਬਣਾਈ, ਇਹਨਾਂ ਨੇ ਸੰਗਮਰਮਰ ਤੋਂ ਚਾਂਦੀ ਦੀ ਬਣਾ ਲਈ, ਸਾਡੀ ਚਾਂਦੀ ਦੀ ਪਾਲਕੀ ਹੈ, ਉਹਨਾਂ ਦੀ ਲੱਕੜ ਦੀ ਸੰਗਮਰਮਰ ਦੀ ਪਾਲਕੀ ਹੈ। ਜਦੋਂ ਉਹਨਾਂ ਨੇ ਚਾਂਦੀ ਦੀ ਬਣਾਈ, ਇਹਨਾਂ ਨੇ ਸੋਨੇ ਦੀ ਬਣਾ ਲਈ। ਲੰਬੀਆਂ ਲੰਬੀਆਂ ਅਨਾਊਂਸਮੈਂਟਸ ਕੀਤੀਆਂ, ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼, ਖੁਸ਼ੀਆਂ ਲੈ ਜਾਓ, ਕਾਂਟੇ ਚੂੜੀਆਂ ਲਾ ਕੇ ਦੇ ਜਾਓ, ਕਿਉਂ ਪਾਲਕੀ ਬਣਾਏਗੇ।
42 ਕਿਲੋ ਸੋਨਾ ਇਕੱਠਾ ਕੀਤਾ। 42 ਕਿਲੋ ਸੋਨੇ ਦੇ ਨਾਲ ਜੇ ਸਿੱਖ ਕੌਮ ਦੇ ਹੀ ਕਮ ਅਜ਼ ਕਮ ਬਜ਼ੁਰਗਾਂ ਨੂੰ ਦੇਖਿਆ ਜਾਏ ਸੰਭਾਲਿਆ ਜਾ ਸਕਦਾ ਹੈ, ਸਿੱਖ ਕੌਮ ਦੇ ਹੀ ਜਿਨ੍ਹਾਂ ਨੂੰ ਗਰੀਬ ਕਹਿੰਦੇ ਉਹ ਸੰਭਾਲਿਆ ਜਾ ਸਕਦਾ ਹੈ, ਕਿਸੇ ਗਰੀਬ ਭੈਣ ਭਰਾ ਦੀ ਬਾਂਹ ਫੜੀ ਜਾ ਸਕਦੀ ਹੈ, ਕਿਸੇ ਦਾ ਮਕਾਨ ਬਣਾਇਆ ਜਾ ਸਕਦਾ ਹੈ, ਕਿਸੇ ਦੇ ਬੱਚੇ ਨੂੰ ਪੜ੍ਹਾਇਆ ਜਾ ਸਕਦਾ ਹੈ, ਕਿਸੇ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। 42 ਕਿਲੋ ਸੋਨਾ ਅਸੀਂ ਲਗਾ ਦਿੱਤਾ, ਲੇਕਿਨ ਜੇਕਰ ਅਨੇਕਾਂ ਥਾਵਾਂ 'ਤੇ 42 ਕਿਲੋ ਲਗਾਉਂਦੇ ਹਾਂ ਤਾਂ ਅਸੀਂ ਸਾਰੀ ਧਰਤੀ ਦੀ ਗਰੀਬੀ ਕੱਟ ਸਕਦੇ ਹਾਂ। ਇਹ ਸਤਿਗੁਰ ਦੀ ਨਜ਼ਰ ਦਾ ਪ੍ਰਤੀਕ ਹੈ। ਲੇਕਿਨ ਹਮ ਨਹੀਂ ਮਾਨੇਂਗੇ, ਹਮ ਨਹੀਂ ਸੁਧਰੇਂਗੇ, ਹਮ ਤੋ ਛਬੀਲ ਮੈਂ ਹੀ ਪੂਰਾ ਤਾਣ ਲਗਾ ਦੇਂਗੇ ਔਰ ਸੋਨੇ ਮੇਂ ਔਰ ਸੰਗਮਰਮਰ ਲਗਾ ਦੇਂਗੇ। ਮਨ ਮੈਂ ਧਰੇ ਗੁਮਾਨ, ਧਾਰਮਿਕ ਦੁਨੀਆਂ ਵਿੱਚ ਵੀ ਗੁਮਾਨ, ਘਰ 'ਤੇ ਮੈਂ ਗੁਮਾਨ ਕਰਦਾ ਹੀ ਸੀ, ਮੇਰਾ ਜਿਹੜਾ ਸੋਫਾ ਹੈ ਉਹ ਸਵਿਟਜ਼ਰਲੈਂਡ ਤੋਂ ਆਇਆ, ਘਰ 'ਤੇ ਮੈਂ ਗੁਮਾਨ ਕਰਦਾ ਹੀ ਸੀ, ਹਮ ਦੁਬਈ ਸੇ ਸੋਨੇ ਕੇ ਪਾਣੀ ਕੇ ਲੱਗੇ ਹੋਏ ਗਲਾਸ ਲੈ ਕੇ ਆਇਆ, ਇਸਮੇਂ ਹਮ ਤੁਮਕੋ ਰੂਹ ਅਫਜ਼ਾ ਪਿਲਾਏਂਗੇ। ਇਹ ਤਾਂ ਚੀਜ਼ਾਂ ਮੈਂ ਘਰ ਵੀ ਕਰਦਾ ਸੀ, ਇਹ ਤਾਂ ਘਰ ਆਮ ਬੀਬੀਆਂ ਇੱਕ ਦੂਜੇ ਨੂੰ ਦਿਖਾਉਂਦੀਆਂ ਨੇ। ਅਸੀਂ ਕਿਹਨੂੰ ਵਿਖਾ ਰਹੇ ਹਾਂ? ਜਿਹਨੂੰ ਵਿਖਾਉਂਦੇ ਆ ਉਹ ਵੀ ਲੈ ਆਉਂਦਾ, ਫਿਰ ਉਹਦੇ ਕੋਲ ਵੀ ਹੈ, ਕਿਆ ਦਿਖਾ ਰਹੇ ਹੋ, ਮਾਰੇ ਪਾਸ ਵੀ ਤਾਂ ਮਰਸਡੀਜ਼ ਕਾਰ ਹੈ। ਇਸ ਕਰਕੇ ਅਸੀਂ ਇੱਕ ਵਾਰੀ ਸੈਂਟੈਂਸ ਬਣਾਇਆ ਸੀ, ਸੱਪ ਨੂੰ ਸੱਪ ਲੜੇ ਅਤੇ ਵਿਸ ਕਿਹਨੂੰ ਚੜੇ। ਕਿਹਨੂੰ ਵਿਖਾ ਰਹੇ ਹੋ? ਸਾਰਿਆਂ ਕੋਲ ਹੈ, ਵਾਈ ਯੂ ਸ਼ੋ ਆਫ? ਤਾਂ ਇੰਝ ਧਾਰਮਿਕ ਦੁਨੀਆਂ ਵਿੱਚ ਸਾਰੇ ਹੀ ਤੋਂ ਗਿਣਤੀ ਮਿਣਤੀ ਕਰ ਲੈਂਦੇ ਹਾਂ, ਸਾਰੇ ਹੀ ਤੋਂ ਮਾਲਾ ਫੇਰ ਲੈਂਦੇ ਹਾਂ, ਸਾਰੇ ਹੀ ਤੋਂ ਇੱਕ ਟੰਗ 'ਤੇ ਖੜ੍ਹੇ ਹੋ ਜਾਂਦੇ ਹਾਂ, ਸਾਰੇ ਹੀ ਤੋਂ ਭੂਕ ਕੱਟ ਲੈਂਦੇ ਹਾਂ। ਭੁੱਖਾਂ ਕੱਟਣ ਨਾਲ ਜੇ ਪਤੀ ਦੀ ਉਮਰਾਂ ਲੰਬੀਆਂ ਹੁੰਦੀਆਂ ਤਾਂ ਫਿਰ ਪਤੀ ਨੂੰ ਹੀ ਚਾਹੀਦਾ ਮੇਰੀ ਪਤਨੀ ਦੀ ਉਮਰ ਲੰਬੀ ਹੋਵੇ, ਪਰ ਅਸੀਂ ਭੁੱਖਾਂ ਕੱਟਣੀਆਂ। ਲੇਕਿਨ ਕਈ ਡਰਦੇ ਨੇ, ਉਹ ਜੀ ਜੇ ਮੈਂ ਭੁੱਖ ਨਾ ਕੱਟੀ ਮਤੇ ਮੇਰਾ ਪਤੀ ਮਰ ਜਾਏ, ਹੈ ਨਾ, ਇਹ ਭੁਲੇਖਾ ਪੈ ਜਾਂਦਾ। ਇਸ ਕਰਕੇ ਕੱਟਦੀਆਂ ਭੁੱਖ ਨੇ, ਪੜ੍ਹਦੇ ਗੁਰੂ ਪਾਤਸ਼ਾਹ ਜੀ ਬਾਣੀਆਂ, ਛੋਡੇ ਅੰਨ ਕਰਿਆ ਪਾਖੰਡ ਨਾ ਉਹ ਸੁਹਾਗਨ। ਸਾਰੀਆਂ ਪੰਕਤੀਆਂ ਸਾਰੇ ਸ਼ਬਦ ਸਾਨੂੰ ਦੇਖੋ ਆਉਂਦੇ ਨੇ। ਗੁਰੂ ਪਾਤਸ਼ਾਹ ਮੇਰੇ ਹੰਕਾਰ ਦੇ ਬਾਰੇ ਅੱਜ ਗੱਲ ਕਰ ਰਹੇ ਨੇ ਔਰ ਮੈਨੂੰ ਪਹਿਲਾਂ ਕਹਿ ਰਹੇ ਨੇ ਕਿ ਤੂੰ ਸੁਖੀ ਵੱਸ ਸਕਦਾ। ਸੁਖੀ ਵਸੈ ਮਸਕੀਨੀਆਂ, ਮਸਕੀਨ ਨਮਰਤਾ 'ਚ ਰਹਿ, ਗਰੀਬੀ ਦਾਅਵੇ 'ਚ ਰਿਹਾ ਕਰ, ਸ਼ੋ ਆਫ ਨਾ ਕਰਿਆ ਕਰ। ਜੇ ਤੈਨੂੰ ਕਿੱਥੋਂ ਵੀ ਗੁੜ ਲੱਭ ਜਾਇਆ ਕਰੇ ਤਾਂ ਚੁੱਪ ਕਰਕੇ ਖਾ ਲਿਆ ਕਰ, ਮੱਖੀਆਂ ਨੂੰ ਦਿਖਾਏ ਬਗੈਰ। ਸਿਆਣੇ ਮੱਖੀਆਂ ਤੋਂ ਬਚਾ ਕੇ ਗੁੜ ਨੂੰ ਖਾਂਦੇ ਨੇ, ਅਸੀਂ ਦਿਖਾ ਦਿਖਾ ਕੇ ਖਾਂਦੇ ਹਾਂ। ਤੁਸੀਂ ਕੱਲ੍ਹ ਰਾਤੀ ਅਮੈਰੀਕਾ 'ਤੇ ਸਿਸਟਮ ਹੈ ਕਿ ਲੋਕ ਗੋਰੇ ਆਪਸ 'ਚ ਗੱਲਾਂ ਕਰਦੇ ਨੇ, ਲਾਸਟ ਨਾਈਟ ਵੀ ਹੈਡ ਗੁੱਡ ਡਿਨਰ, ਵੀ ਵੈਂਟ ਟੂ ਪੀਜ਼ਾ ਹੱਟ, ਯੂ ਨੋ, ਦੱਸੇ ਵਗੈਰ ਚੈਨ ਹੀ ਨਹੀਂ ਆਉਂਦਾ। ਇੰਝ ਅਸੀਂ ਵੀ ਇਕੱਲਾ ਕਰਦੇ ਹਾਂ, ਫਲਾਣਿਆਂ ਦੇ ਵਿਆਹ 'ਤੇ ਇੰਨੀਆਂ ਸੋਨੇ ਦੀਆਂ ਲੜੀਆਂ ਪਈਆਂ, ਕੱਲ੍ਹ ਅਸੀਂ ਜਿਸ ਵਿਆਹ 'ਤੇ ਗਏ ਉੱਥੇ 40 ਘੋੜੇ ਅਤੇ 80 ਹਾਥੀਆਂ ਉੱਤੇ ਬੈਠ ਕੇ ਸਿਰਫ ਇੱਕ ਦੁੱਲਾ ਆਇਆ। ਇਹ ਗੱਲਾਂ ਕਰਦੇ ਹਾਂ ਨਾ ਅਸੀਂ, ਫਲਾਣਿਆਂ ਦੇ ਘਰ ਇੰਨਾ ਦਾਜ ਆਇਆ, ਇਹ ਸਾਰਾ ਗੁਮਾਨ। ਸਤਸੰਗਤ ਮੈਨੂੰ ਇਸ ਤਰ੍ਹਾਂ ਐਗਜ਼ਾਮਪਲ ਆਈ ਜਾਣਗੇ, ਮੈਂ ਖਿਮਾ ਦਾ ਜਾਚਕ ਹਾਂ ਕਿ ਹੋਮੇ ਉੱਤੇ ਅਸੀਂ ਪੂਰੇ 2 ਦਿਨ 5-5 ਘੰਟੇ ਦਾ ਸੈਮੀਨਾਰ ਕੀਤਾ ਸੀ, ਅਤੇ ਹੋਮੇ ਮੇਰੇ ਅੰਦਰ ਜਿਤਨੀ ਹੈ ਉਹ ਸਾਰੇ ਸਿਮਟਮਸ 'ਤੇ ਮੈਂ ਤੁਹਾਨੂੰ ਸੁਣਾਂਗਾ ਹੀ ਨਾ, ਜਿਤਨੀ ਰੱਜ ਕੇ ਕੁੱਟ ਕੁੱਟ ਕੇ ਮੇਰੇ ਅੰਦਰ ਹੋਮੇ ਭਰੀ ਹੋਈ ਹੈ, ਉਹ ਮੇਰੇ ਸਾਰੇ ਬਾਂਦਰ ਬਾਹਰ ਆ ਰਹੇ ਨੇ। ਮੈਂ ਸਾਂਝ ਕਰੀ ਜਾ ਰਿਹਾ ਕਿ ਹਾਊ ਵੀ ਸ਼ੋ ਆਫ। ਫਿਰ ਜੇ ਮੈਂ ਆਪਣੇ ਘਰ 2 ਵਜੇ ਉੱਠ ਜਾਂਦਾ, ਤੁਹਾਨੂੰ ਕਿਸੇ ਨੂੰ ਪਤਾ ਹੀ ਨਹੀਂ, ਫਿਰ ਮੈਂ ਤੁਹਾਨੂੰ ਦੱਸਾਂਗਾ। ਮੈਨੂੰ ਇਹ ਦੁਪਹਿਰੀ ਨਾ 11-12 ਵਜੇ ਜਾਂ 1 ਵਜੇ ਰੋਟੀ ਖਾ ਕੇ ਥੋੜ੍ਹੀ ਨੀਂਦ ਆ ਜਾਂਦੀ ਹੈ, ਪਤਾ ਕਿਉਂ?
ਮੈਂ 2 ਵਜੇ ਉੱਠਦਾ। ਪਤਾ ਸਵੇਰੇ ਉੱਠੀਦਾ ਨਾ, ਫਿਰ ਦਿਨ ਆ ਹੀ ਜਾਂਦੀ ਹੈ ਨਾ ਬਈ। ਇਨਡਾਇਰੈਕਟਲੀ ਸੁਣੋ ਮੈਂ ਕੀ ਕਰਦਾ, ਤੀਰਥ ਬਰਤਰ ਦਾਨ ਕਰ ਮਨ ਮੈਂ ਧਰਿਆ ਗੁਮਾਨ। ਕਿਤਨਾ ਅਸੀਂ ਸ਼ੋ ਆਫ ਕਰਦੇ ਹਾਂ। ਪਤੀ ਕਹਿੰਦਾ ਮੈਂ ਬੜੇ ਬੰਦੇ ਦੇਖੇ ਨੇ, ਤੂੰ ਮੈਨੂੰ ਪਾਗਲ ਨਹੀਂ ਬਣਾ ਸਕਦੀ, ਇਸ ਕਰਕੇ ਗਰਦਨ ਮਰੋੜ ਕੇ ਪਤਨੀ ਦੀ ਰੱਖਦਾ। ਸੱਸ ਕਹਿੰਦੀ ਹੈ ਮੈਂ ਤੇਰੇ ਦੀਆਂ ਬੜੀਆਂ ਦੇਖੀਆਂ ਨੇ, ਮੈਨੂੰ ਇਹ ਵਾਲ ਚਿੱਟੇ ਇੰਝ ਨਹੀਂ ਕੀਤੇ ਨੇ, ਉਹਨੂੰ ਦਬਾ ਕੇ ਰੱਖਦੀ ਹੈ। ਇਸ ਕਰਕੇ ਨੂੰਹ ਕਹਿੰਦੀ ਹੈ ਆਪ ਬੁੱਢੀ ਕਾ ਆਪਕੋ ਕਿਆ ਮਾਲੂਮ ਹੈ, ਅੱਜ ਕੱਲ੍ਹ ਕਾ ਜ਼ਮਾਨਾ ਸਭ ਬਦਲ ਗਿਆ ਹੈ, ਆਪਕੋ ਨਾ ਸੈੱਲਫੋਨ ਯੂਜ਼ ਕਰਨਾ ਆਤਾ ਨਾ ਕੰਪਿਊਟਰ, ਮੇਰੇ ਕੋਲ ਸਭ ਕੁਛ ਕਰਨਾ ਆਤਾ ਹੈ, ਉਹਨੂੰ ਕਰਦੀ ਹੈ। ਇਸ ਤੋਂ ਇਲਾਵਾ ਉਹ ਦੋਨੋਂ ਕੀ ਗੇਮ ਖੇਡਦੀਆਂ ਨੇ। ਸੱਸ ਨੇ ਆਪਣੇ ਕੋਈ ਸੰਤ ਜੀ ਬਾਬਾ ਜੀ ਰੱਖੇ ਹੋਏ ਨੇ, ਬਹੂ ਕੋ ਕੈਸੇ ਕਾਬੂ ਮੇਂ ਰੱਖਣਾ ਹੈ। ਬਹੂ ਨੇ ਆਪਣੇ ਕੋਈ ਬਾਬਾ ਜੀ ਸੰਤ ਜੀ ਰੱਖੇ ਹੋਏ ਨੇ, ਸਾਸ ਕੋ ਔਰ ਪਤੀ ਕੋ ਕੈਸੇ ਕਾਬੂ ਰੱਖਣਾ ਹੈ। ਇਹ ਕਾਬੂ ਰੱਖਣ ਦੀ ਜਿਹੜੀ ਬਿਮਾਰੀ ਹੈ ਨਾ, ਕਾਬੂ ਹੋਏਗਾ ਜਾਂ ਨਹੀਂ ਹੋਏਗਾ, ਕਾਬੂ ਰੱਖਣ ਦੀ ਬਿਮਾਰੀ ਨੂੰ ਹਉਮੈ ਕਹਿੰਦੇ ਨੇ, ਹੰਕਾਰ ਕਹਿੰਦੇ ਨੇ। ਮੈਂ ਹਾਂ ਸਭ ਮੇਰੇ ਨੀਚੇ ਦਬਦਬੇ ਮੇਂ ਰਹੇਂਗੇ, ਦਾ ਹੋਲ ਵਰਲਡ ਸ਼ੁੱਡ ਗੋ ਅਕੋਰਡਿੰਗ ਟੂ ਮੀ। ਹੋਲ ਵਰਲਡ ਨਹੀਂ ਤੋ ਕਮ ਅਜ਼ ਕਮ ਮੇਰਾ ਟੱਬਰ, ਕਮ ਅਜ਼ ਕਮ ਮੇਰਾ ਟੱਬਰ ਹੀ ਨਹੀਂ, ਮੇਰੇ ਪੇਕੇ ਔਰ ਸਹੁਰੇ, ਕਮ ਅਜ਼ ਕਮ ਮੇਰੇ ਪੇਕੇ ਸਹੁਰੇ ਨਹੀਂ, ਮੇਰੇ ਆਸ ਪਾਸ ਜਿਤਨੇ ਲੋਕ ਰਹਿੰਦੇ ਨੇ, ਜੇ ਉਹ ਵੀ ਨਹੀਂ ਤਾਂ ਕਮ ਅਜ਼ ਕਮ ਮੇਰੇ ਟੱਬਰ ਦੇ। ਸਤਸੰਗਤ ਇਹ ਬੜੀ ਖਤਰਨਾਕ ਗੇਮ ਹੈ, ਇਸ ਗੇਮ ਤੋਂ ਮੈਂ ਪਰੇਸ਼ਾਨ ਰਹਿੰਦਾ, ਹੰਕਾਰ ਵਿੱਚ ਰਹਿੰਦਾ, ਆਪਣੇ ਹੰਕਾਰ ਜਗਤ ਜਲਿਆ ਰਹਿੰਦਾ। ਗੁਰੂ ਪਾਤਸ਼ਾਹ ਅੱਜ ਦੇ ਸੁਖਮਨੀ ਸਾਹਿਬ ਦੀ ਬਣਤਰ ਦੇ ਸ਼ਲੋਕ ਦੇ ਵਿੱਚ ਕਹਿ ਰਹੇ ਨੇ, ਸੁਖੀ ਬੱਸੇ ਮਸਕੀਨੀਆਂ ਆਪ ਨਿਵਾਰ ਤਲੇ। ਹੁਣ ਤਾਂ ਇਤਨੀ ਗੱਲਾਂ ਕਰਨ ਤੋਂ ਬਾਅਦ ਸਾਫ਼ ਸਮਝ ਆਇਆ ਸਾਰੀ ਗਲਤੀ ਮੇਰੀ ਹੈ। ਹਮ ਬੋਲ ਰਹੇ ਹਾਂ ਭਗਵਾਨ ਕਿਸੀ ਕੋ ਜੋ ਹੰਕਾਰ ਕਰਤਾ ਉਸੇ ਉੱਚੇ ਸੇ ਨੀਚਾ ਗਿਰਾ ਦਿੱਤੇ ਹੈ, ਧਰਤੀ 'ਤੇ ਆਕਾਸ਼ ਚੜ੍ਹਾਵੇ ਚੜ੍ਹੇ ਆਕਾਸ਼ ਦੀ ਗਾਵੇ, ਪੰਕਤੀ ਵੀ ਬੋਲ ਦਿੰਦੇ ਹਾਂ, ਇਹਦੇ ਅਰਥ ਨਹੀਂ ਨੇ। ਭਗਵਾਨ ਜੋ ਹੰਕਾਰ ਕਰਤਾ ਹੈ ਉਨਕੀ ਮੱਤ ਖਰਾਬ ਕਰ ਦਿੱਤਾ ਹੈ, ਜਿਸਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ। ਸਾਧਸੰਗਤ ਉੱਥੇ ਕਰਤਾ ਮੇਰਾ ਮਨ ਹੈ, ਰੱਬ ਜੀ ਨਹੀਂ ਚੰਗਿਆਈ ਖੁਆਉਂਦੇ ਨੇ, ਮੇਰਾ ਮਨ ਮੇਰੇ ਸਾਰੇ ਚੰਗੇ ਗੁਣਾਂ ਤੋਂ ਹੱਥ ਧੋ ਬੈਠਦਾ ਹੈ। ਅਸੀਂ ਸਾਰੀ ਰੱਬ ਜੀ 'ਤੇ ਲਗਾ ਦਿੱਤੀ, ਭਗਵਾਨ ਹੰਕਾਰ ਕਰਤਾ ਹੈ, ਜੋ ਵੀ ਹੰਕਾਰ ਕਰਤਾ ਭਗਵਾਨ ਉਸਕੋ ਬਰਬਾਦ ਕਰ ਦਿੱਤਾ ਹੈ। ਗੁਰੂ ਸਾਹਿਬ ਸੁਖਮਨੀ ਸਾਹਿਬ ਵਿੱਚ ਕਰ ਰਹੇ ਨੇ, ਸੁਖੀ ਬੱਸਿਆ ਮਸਕੀਨੀਆਂ ਆਪ ਨਿਵਾਰ ਤਲੇ, ਵਿਚਕਾਰ ਰੱਬ ਜੀ ਦੀ ਕੋਈ ਗੱਲ ਨਹੀਂ ਆਈ। ਬੜੇ ਬੜੇ ਹੰਕਾਰੀ ਆ ਜੋ ਬਹੁਤ ਹੰਕਾਰ ਕਰਤੇ ਹੈ, ਚਾਹੇ ਅਮੀਰ ਚਾਹੇ ਗਰੀਬ, ਚਾਹੇ ਨੀਚੀ ਜਾਤ ਕਾ ਸੋ ਕਾਰਡ ਚਾਹੇ ਉੱਚੀ ਜਾਤ ਕਾ ਸੋ ਕਾਰਡ। ਜੋ ਕੋਈ ਵੀ ਇਨਸਾਨ ਆਪਣੇ ਜੋਬਨ ਸੇ ਲੈ ਕੇ ਆਪਣੇ ਘਾਟੇ ਸੇ ਲੈ ਕੇ ਆਪਣੇ ਮੁਨਾਫੇ ਸੇ ਲੈ ਕੇ ਕਿਸੇ ਵੀ ਕਿਸਮ ਕਾ ਧਾਰਮਿਕ ਵੀ ਹੰਕਾਰ ਕਰਤਾ ਹੈ, ਬੜੇ ਬੜੇ ਹੰਕਾਰੀਆ ਨਾਨਕ ਗਰਬ ਗਲੇ, ਆਪਣੇ ਹੰਕਾਰ ਮੇਂ ਗਲਤੇ ਰਹਤੇ ਹੈਂ ਸੜਤੇ ਰਹਤੇ ਹੈਂ, ਵਿਚਕਾਰ ਰੱਬ ਜੀ ਤਾਂ ਨਹੀਂ ਆਏ। ਸੁਖਮਨੀ ਸਾਹਿਬ ਦੀ ਬਣਤਰ ਕੋਈ ਵੀ ਅਸ਼ਟਪਦੀ ਸਮਝ ਨਹੀਂ ਹੋਇਆ, ਅਸੀਂ ਉਹਦਾ ਸ਼ਲੋਕ ਸਮਝਦੇ ਹਾਂ, ਉਸ ਅਸ਼ਟਪਦੀ ਦਾ ਸੈਂਟਰਲ ਆਈਡੀਆ ਸ਼ਲੋਕ ਹੀ 'ਚ ਹੁੰਦਾ ਹੈ, ਪਰ ਪੂਰੇ ਸੁਖਮਨੀ ਸਾਹਿਬ ਦਾ ਸੈਂਟਰਲ ਆਈਡੀਆ ਰਹਾਓ ਵਿੱਚ ਹੈ। ਸਾਰੇ ਸੁਖਮਨੀ ਸਾਹਿਬ ਵਿੱਚ ਇੱਕ ਰਹਾਓ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕਹਿ ਮਨ ਵਿਸ਼ਰਾਮ। ਸਤਿਗੁਰ ਦੀ ਮੱਤ ਲੈ ਲਓ ਜਿਹਦੇ ਨਾਲ ਮੇਰਾ ਮਨ ਰੱਬ ਜੀ ਦੇ ਨਾਲ ਜੋੜ ਕੇ ਮੈਨੂੰ ਸੱਚ ਦੀ ਜੀਵਨੀ ਸਿਖਾਉਂਦਾ ਹੈ, ਸੱਚ ਦਾ ਅੰਮ੍ਰਿਤ ਲੈ ਕੇ ਸਾਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਵੱਢਦਾ ਹੈ,
ਮਨ ਵਿਸ਼ਰਾਮ, ਮਨ ਟਿਕ ਜਾਂਦਾ, ਚੈਨ ਆ ਜਾਂਦਾ। ਇਹ ਸੁਖਮਨੀ ਸਾਰੇ ਦਾ ਰਹਾਉ। ਹੁਣ ਚੈਨ ਨਹੀਂ ਆਇਆ। ਮੈਂ ਅਮੈਰੀਕਾ ਵਿੱਚ ਇੱਕ ਦੂਜੇ ਸ਼ਹਿਰ ਵਿੱਚ ਗਿਆ ਨਿਊਯਾਰਕ ਤੋਂ, ਜਿਨ੍ਹਾਂ ਦੇ ਘਰ ਗਿਆ, ਉਹਨਾਂ ਦੇ ਘਰ ਅੰਦਰ ਜਾਣ ਸਾਰ ਉਹ ਮਾਤਾ ਜੀ ਗੁਟਕੇ ਨਾਲ ਪਾਠ ਕਰ ਰਹੇ ਸੀ। ਜਿੱਥੇ ਪਾਠ ਕਰ ਰਹੇ ਸੀ, ਉਹਨਾਂ ਨੇ ਪਾਠ ਦੇ ਵਿਚਕਾਰ ਗੁਟਕੇ 'ਚ ਅੰਗੂਠਾ ਦਿੱਤਾ ਔਰ ਗੁਟਕਾ ਇੱਥੇ ਬੰਦ ਕਰ ਲਿਆ ਔਰ ਮੈਨੂੰ ਬਹੁਤ ਪਿਆਰ ਨਾਲ, ਸਤਿਕਾਰ ਨਾਲ ਫਤਿਹ ਬੁਲਾ ਕੇ ਬਿਠਾਇਆ।